ਜ਼ਿੰਦਗੀ ਕੁਛ ਨਾ ਕੁਛ ਕੁੱਤ ਬਣਾ ਚੱਲੀ ਜਾਂਦਾ ਰਹਿੰਦਾ ਜ਼ਿੰਦਗੀ ਚ। ਸਾਰੇ ਮੇਰੇ ਤੇ ਸੁਨੀਮ ਲਾਉਣ ਲੱਗ ਗਏ, ਫੋਟੋਆਂ ਕੱਢਣ ਲੱਗ ਗਏ। ਦੱਸ ਲੋਕ ਕਹਿੰਦੇ ਜਿਹਦੀ ਬਰਾਬਰੀ ਨਾ ਹੋਵੇ ਨਾ ਉਹਦੀ ਬਦਨਾਮੀ ਕਰਨੀ ਸ਼ੁਰੂ ਕਰ ਦਿਓ। ਨਹੀਂ ਪਤਾ ਵੀ ਇਹਦਾ ਪ੍ਰਾਹੁਣਾ ਬਦਨਾਮੀ ਨਾਲ ਵੀ ਨਹੀਂ ਲੋਟ ਆਉਣਾ, ਕੋਈ ਪਰਵਾਹ ਨਹੀਂ। ਇਹ ਜਿਹੜੀਆਂ ਹਵਾ ਦੇ ਧੱਫਿਆਂ ਦੀ ਜਿਹੜਾ ਖੌਫ ਹੁੰਦਾ ਨਾ, ਟਾਣੀਆਂ ਨੂੰ ਹੁੰਦਾ, ਪਹਾੜਾਂ ਨੂੰ ਨਹੀਂ ਹੁੰਦਾ। ਮੈਂ ਤਾਂ ਇਹੋ ਜਿਹਾ ਬੰਦਾ, ਮੇਰਾ ਤਾਂ ਕਲਾਨਾ ਦਿਮਾਗ ਹੈ ਜਮੀ। ਇੰਨਾ ਮੈਨੂੰ ਕੋਈ ਠਿੱਠ ਕਰਦਾ ਤਾਂ ਉਹਦੇ ਓਨੇ ਲੀੜੇ ਪਾੜਦਾ, ਤੂੰ ਵੀ ਪਾੜੂਗਾ। ਮੇਰੇ ਮਾਂ ਪਿਓ ਦਾ ਹੌਸਲਾ ਜਾਂ ਤੁਹਾਡਾ ਹੌਸਲਾ, ਬਾਕੀ ਦੁੱਖੀ ਤਿੱਕੀ ਨਹੀਂ ਕਰੇ, ਨਾ ਪਰਵਾਹ ਕੀਤੇ ਨਾ ਕਰਾਂਗੇ। ਕਰਦਾ ਸਿੱਧੂ ਤਾਂ ਜੀ ਕੁੜੀ ਨਾਲ ਤੁਰਿਆ ਫਿਰਦਾ, ਸਿੱਧੂ ਤਾਂ ਫਲਾਣਿਆ ਕਰਦਾ, ਸਿੱਧੂ ਤਾਂ ਐਂ ਕਰੂੰਗਾ ਯਾਰ। ਪਹਿਲਾਂ ਤਾਂ ਤੁਹਾਡਾ ਵਿਰਸਾ ਟੀ ਵੀ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਤੁਹਾਡਾ ਹੋਸਟ ਅਤੇ ਦੋਸਤ ਜੌਲ। ਅੱਜ ਦਿਨ ਸੋਸ਼ਲ ਮੀਡੀਆ 'ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਆ, ਅਤੇ ਇਸੇ ਤਰ੍ਹਾਂ ਹੀ ਸਿੱਧੂ ਮੂਸੇਵਾਲ ਦੇ ਨਿਊਜ਼ੀਲੈਂਡ ਦੇ ਲਾਈਵ ਸ਼ੋਅ ਦੀ ਵੀ ਵੀਡੀਓ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ। ਜਿਸ ਵੀਡੀਓ ਦੇ ਵਿੱਚ ਸਿੱਧੂ ਮੂਸੇਵਾਲ ਆਪਣੇ ਤੱਤੇ ਬੋਲਾਂ ਦੇ ਨਾਲ ਕੀਤੇ ਨੇ ਫਿਰ ਰਿਪਲਾਈ, ਅਤੇ ਕੀ ਰਿਪਲਾਈ ਕੀਤੇ ਨੇ ਆਓ ਇੱਕ ਝਲਕ ਮਾਰਦੇ ਹਾਂ ਸਿੱਧੂ ਮੂਸੇਵਾਲ ਦੀ ਵੀਡੀਓ ਦੇ ਵੱਲ। ਮੈਂ ਅੱਜ ਕੱਲ ਲੋਕ ਕਹਿੰਦੇ ਜਿਹਦੀ ਬਰਾਬਰੀ ਨਾ ਹੋਵੇ ਨਾ ਉਹਦੀ ਬਦਨਾਮੀ ਕਰਨੀ ਸ਼ੁਰੂ ਕਰ ਦਿਓ। ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹਦਾ ਪ੍ਰਾਹੁਣਾ ਬਦਨਾਮੀ ਨਾਲ ਵੀ ਨਹੀਂ ਲੋਟ ਆਉਣਾ। ਜੇ ਅੱਜ ਇੰਨੇ ਬੰਦੇ, ਇੰਨੇ ਮੇਰੇ ਭਰਾ ਅਤੇ ਮੇਰੀਆਂ ਭੈਣਾਂ ਮੈਨੂੰ ਦੇਖਣਾ ਹੈ ਨਾ, ਮੇਰੀ ਕਲਮ ਕਰਕੇ ਦੇਖਣਾ ਹੈ, ਕਰੈਕਟਰ ਕਰਕੇ ਨਹੀਂ ਦੇਖਣਾ ਹੈ। ਕੋਈ ਪਰਵਾਹ ਨਹੀਂ। ਇਹ ਜਿਹੜੀਆਂ ਹਵਾ ਦੇ ਧੱਫਿਆਂ ਦੀ ਜਿਹੜਾ ਖੌਫ ਹੁੰਦਾ ਨਾ, ਟਾਣੀਆਂ ਨੂੰ ਹੁੰਦਾ, ਪਹਾੜਾਂ ਨੂੰ ਨਹੀਂ ਹੁੰਦਾ। ਅਤੇ ਖਾਸ ਖਾਸ ਕਰਕੇ ਉਹ ਪਹਾੜ ਹੁੰਦਾ ਜਮੀ ਨਹੀਂ, ਜਿਹਨਾਂ ਨੂੰ ਤੁਹਾਡੇ ਵਰਗੇ ਭੈਣ ਭਰਾਵਾਂ ਨੇ ਬਣਾਇਆ ਹੋਵੇ। ਇਹ ਦਿਮਾਗ ਨਾਲ ਕਦੇ ਚੀਜ਼ਾਂ ਸੋਚਿਆ ਕਰੋ ਮੇਰਾ ਵੀਰ, ਵੀ ਕਿਸੇ ਦੇ ਖਿਲਾਫ ਕੋਈ ਬੋਲ ਰਿਹਾ ਤਾਂ ਕਦੋਂ ਬੋਲ ਰਿਹਾ, ਕਿੱਧਰੋਂ ਚੀਜ਼ ਹੋ ਰਹੀ ਹੈ। ਉੱਧਰ ਸ਼ੋਧੇ ਬੋਲਿਆ, ਉਦੋਂ ਬਾਅਦ ਵੀ ਸਿੱਧੂ ਦਾ ਤਾਂ ਫਲਾਨਾ ਹੋ ਗਿਆ ਜੀ, ਸਿੱਧੂ ਦਾ ਤਿਲਕਾ ਹੋ ਗਿਆ ਵੀ ਤੁਸੀਂ ਸਾਗ ਨਾ ਪਾਉਣਾ। ਨਾਲੇ ਜਿੱਦਣ ਕੁਛ ਇਹੋ ਜਿਹਾ ਹੋਇਆ ਨਾ, ਆਹ ਤਿੰਨ ਚਾਰ ਇੰਸਟਾਗ੍ਰਾਮ ਵਾਲੇ ਜਿਹਨਾਂ ਨੂੰ ਬੜਾ ਫਿਕਰ ਹੈ ਮੇਰੇ ਪਿਆਰੇ, ਇਹਨਾਂ ਦਾ ਕਾਰਡ ਸਪੈਸ਼ਲ ਬੋਲ ਭੇਜੂ। ਗਾਣੇ ਚੱਲ ਰਹੇ ਨਾ, ਗਾਣੇ ਵਧੀਆ ਲੱਗ ਰਹੇ ਨਾ, ਸੁਣੀ ਚੱਲੋਗਾ ਤੁਸੀਂ ਵੀ ਲੈਣਾ। ਇਹ ਮੇਰਾ ਵੀਰ ਧਿਆਨ ਨਾਲ ਸੋਚਿਆ ਕਰੋ, ਜਦੋਂ ਇੱਕ ਆਮ ਕਮਿਊਨਿਟੀ ਤੋਂ ਕੋਈ ਆਮ ਬੰਦਾ ਉੱਠਦਾ ਨਾ, ਇਸ ਸਾਰੇ ਲੰਡੂ ਪੰਜੂ 20 ਲੱਖਾਂ ਗੱਟਣ ਨੂੰ ਉੱਠਦੇ ਆ। ਠੀਕ ਹੈ ਨਾ ਵੀਰੇ, ਇਹਨਾਂ ਪੇਜਾਂ ਦਾ ਕੰਮ ਕੀ ਹੈ, ਫੋਨ ਕੱਢਣਾ, ਪੋਸਟ ਪਾਉਣੀ, ਟੁੱਕ ਖਾਣਾ ਤੇ ਸੌ ਜਾਣਾ, ਫਿਰ ਉੱਠਣਾ, ਫਿਰ ਪੋਸਟ ਪਾਉਣੀ। ਇੰਨੇ ਯੋਗੇ ਨੇ, ਇਹਨਾਂ ਨੂੰ ਇੱਥੋਂ ਦੀ ਸਟਰਗਲ ਦਾ ਨਹੀਂ ਪਤਾ ਵੀ ਇੱਥੇ ਕਿਵੇਂ ਮਿਹਨਤ ਲਾ ਕੇ ਬੰਦਾ ਕਿਵੇਂ ਖੜਾ ਹੁੰਦਾ। ਜਿੰਨੇ ਵੀ ਹੈਗੇ ਨਾ ਮੇਰਾ ਵੀਰ, ਬੜੇ ਕੁਐਸਚਨ ਜੇ ਕਰਦੇ ਹੁੰਦੇ ਆ, ਜਵਾਬ ਦੇ ਦਿਆ ਕਰੋ, ਠੋਕ ਕੇ ਵੀ ਆਹ ਗੱਲ ਕਹਿ ਕੇ ਗਿਆ ਭਾਈ ਸਾਡਾ। ਠੀਕ ਹੈ ਨਾ ਜੀ, ਨਾਲੇ ਮੈਂ ਤਾਂ ਇਹੋ ਜਿਹਾ ਬੰਦਾ, ਮੇਰਾ ਤਾਂ ਕਲਾਨਾ ਦਿਮਾਗ ਹੈ ਜਮੀ। ਜਿੰਨਾ ਮੈਨੂੰ ਕੋਈ ਠਿੱਠ ਕਰਦਾ ਤਾਂ ਉਹਦੇ ਓਨੇ ਲੀੜੇ ਪਾੜਦਾ, ਤੂੰ ਵੀ ਪਾੜੂਗਾ। ਆਹ ਕੰਟਰੋਵਰਸੀਆਂ ਦਾ, ਆਹ ਰੌਲੇ ਰੱਪਿਆਂ ਦਾ ਇੱਥੇ ਕੋਈ ਅਸਰ ਨਹੀਂ। ਜਿੰਨਾ ਚਿਰ ਤੁਹਾਡੇ ਭੈਣਾਂ ਭਰਾਵਾਂ ਦਾ ਪਿਆਰ ਹੈਗਾ ਨਾ ਜੀ, ਬਸ ਐਂ ਚੱਲੂਗਾ ਕੰਮ, ਬਸ ਪਿਆਰ ਨਾ ਤੁਹਾਡੇ ਕਦੇ ਮਿਲਦਾ। ਠੀਕ ਹੈ ਨਾ ਜੀ, ਮੇਰੇ ਮਾਂ ਪਿਓ ਦਾ ਹੌਸਲਾ ਜਾਂ ਤੁਹਾਡਾ ਹੌਸਲਾ, ਬਾਕੀ ਦੁੱਖੀ ਤਿੱਕੀ ਨਹੀਂ ਕਰੇ, ਨਾ ਪਰਵਾਹ ਕੀਤੇ ਨਾ ਕਰਾਂਗੇ। ਅੱਜ ਸਗਨ ਵਾਲੀ ਗੱਲ ਜ਼ਰੂਰ ਦੱਸ ਦਿਓ ਮੇਰੇ ਸਾਰਿਆਂ ਨੂੰ।